ਕਿਹੜੇ ਪਾਸਵਰਡ ਨੇ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਤੁਹਾਨੂੰ ਦਿੱਤੇ? ਅਗਲੀਆਂ ਵੋਟਾਂ ਤਦ ਮੰਗੂੰਗਾ ਜੇ ਮੈਂ ਕੁਝ ਕਰੂੰਗਾ, ਨਹੀਂ ਤੇ ਮੈਂ ਵੋਟ ਨਹੀਂ ਮੰਗ। ਬਿਆਨ ਤਾਂ ਮੁੱਖ ਮੰਤਰੀ ਪੰਜਾਬ ਵਾਲੇ ਆ, ਕਹਿੰਦੇ 2.5 ਕਿਲੋ ਦਾ ਹੱਥ ਉਹਨਾਂ ਦਾ ਇੱਕ ਹੈਗਾ। ਤੇ ਤੁਹਾਨੂੰ ਨਹੀਂ ਲੱਗਦਾ ਵੀ 2.5 ਕਿਲੋ ਦੇ ਹੱਥ ਨੇ ਲੋਕ ਸਭਾ ਦੇ ਵਿੱਚ ਆਵਾਜ਼ ਚੱਕ ਕੇ ਜਾਂ ਵੈਸੇ ਲੋਕਾਂ ਦੇ ਮੁੱਦੇ ਚੱਕਣ ਲਈ ਹੱਥ ਖੜਾ ਕੀਤਾ? ਲੋਕਾਂ ਨੇ ਉਸ ਕਿਰਦਾਰ ਦੇ ਬਿਹਾਫ ਤੇ ਵੋਟਾਂ ਪਾਤੀਆਂ ਵੀ ਯਾਰ, ਜੇ ਬੰਦਾ ਫਿਲਮਾਂ 'ਚ ਏਡਾ ਵਧੀਆ ਕੰਮ ਕਰਦਾ ਤੇ ਹੋ ਸਕਦਾ ਵੀ ਸਾਡੇ ਲੋਕਾਂ ਦੀ ਆਵਾਜ਼ ਵੀ ਚੁੱਕੋ। ਸਭ ਤੋਂ ਵੱਡਾ ਧੋਖਾ ਜਿਹੜਾ ਸਾਡੇ ਲੋਕ ਸਭਾ ਨਾਲ BJP ਨੇ ਕੀਤਾ, ਉਹਨਾਂ ਨੂੰ ਇਹ ਸੀ ਵੀ ਆਪਣੀ ਸੀਟ ਜਿੱਤਣ ਦਾ ਮਤਲਬ ਸੀ। ਇਹੋ ਹੀ ਲੋਕ ਉਦੋਂ ਸੰਨੀ ਦਿਓਲ ਵਾਸਤੇ ਵੋਟਾਂ ਮੰਗਦੇ ਸੀ। ਕਾਂਗਰਸ ਤੋਂ ਵਧਾ MLA ਇੱਥੋਂ ਆਏ, ਉਹਦੇ ਨਾਲ ਮੁਕਾਬਲਾ ਆ। ਦਲਜੀਤ ਚੀਮਾ ਅਕਾਲੀ ਦਲ ਦੇ ਗੁਰਦਾਸਪੁਰ ਆ ਕੇ ਉਹ ਕਹਿੰਦੇ ਜੱਦੀ ਪਿੰਡ ਸਾਡਾ ਇੱਥੇ ਆ, ਉਹ ਇਲੈਕਸ਼ਨ ਲੜ ਰਹੇ ਨੇ ਉਹਨਾਂ ਨਾਲ, ਜਾਂ 2 ਵਾਰ ਦੇ MLA ਦਿਨੇਸ਼ ਬੱਬੂ ਉਹਨਾਂ ਨਾਲ ਮੁਕਾਬਲਾ ਆ। ਸੰਨੀ ਦਿਓਲ ਕਿੱਥੋਂ, ਹੁਣ ਦਲਜੀਤ ਚੀਮਾ ਕਿੱਥੋਂ ਆਇਆ? ਉਹ ਤਾਂ ਕਹਿੰਦੇ ਸਾਡਾ ਪਿੰਡ ਇੱਥੋਂ ਦਾ। ਇੱਥੇ ਕਰੋਨਾ ਰਿਹਾ, ਬੜੀਆਂ ਮੌਤਾਂ ਹੋਈਆਂ ਨੇ, ਉਦੋਂ ਕਿੱਥੇ, ਉਦੋਂ ਜੱਦੀ ਪਿੰਡ ਦੀ ਯਾਦ ਨਹੀਂ ਆਈ? ਰਹਿੰਦੇ ਹੈਗੇ ਪਿੰਡ ਤੇ, ਹੁਣ ਮੇਰਾ ਵੀ ਕੋਟਲਾ ਸ਼ਾਹੀ ਆ ਪਿੰਡ, ਰਹਿ ਤੇ ਮੈਂ ਬਟਾਲੇ ਰਿਹਾ ਹਾਂ। ਪੁੱਛ ਲਿਓ ਵੀ ਸੱਚ ਸੱਚ ਦੱਸਿਓ ਵੀ ਕਿੰਨਾ ਕਿੰਨਾ ਦੇ ਬਿੱਲ 0 ਆ ਰਹੇ ਨੇ, ਉੱਥੇ ਵੀ 75% ਲੋਕਾਂ ਨੂੰ ਲੱਗਦਾ ਹੈ ਵੀ ਤੁਹਾਡਾ ਬ੍ਰਹਮਾਸਤਰ ਇਹੀ ਹੈ। ਨਹੀਂ ਮੈਂ ਨਹੀਂ, 1000 ਰੁਪਇਆ ਬੀਬੀਆਂ ਕਹਿੰਦੀ ਸਾਡਾ 24,000 ਹੋ ਗਿਆ ਹੁਣ ਤੱਕ। ਅੱਛਾ, ਕਦੋਂ ਦੋਗੇ? ਤੁਹਾਡਾ ਇਹ ਜਿਹੜਾ ਹਲਕਾ ਮੈਂ ਕਹੂੰਗਾ ਉਹ ਨਸ਼ੇ ਦੀ ਚਪੇਟ 'ਚ ਵੀ ਹੈ, ਕਿਉਂਕਿ ਬਾਰਡਰ ਤੋਂ ਪਾਰ ਤੋਂ ਨਸ਼ਾ ਆਉਂਦਾ ਹੈ ਸਭ ਨੂੰ ਪਤਾ, ਪਾਣੀ ਦੀ ਚਪੇਟ 'ਚ ਵੀ ਹੈ। ਹਾਲਾਂਕਿ ਪਹਾੜ ਵਾਲੇ ਪਾਸਿਓਂ ਵੀ ਕਈ ਤਰ੍ਹਾਂ ਦੀ ਸਮਗਲਿੰਗ ਹੁੰਦੀ ਹੈ ਇੱਥੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗਾ। ਅਤੇ ਟਿੰਬਰ ਦਾ ਮਸਲਾ ਬਹੁਤ ਰਹਿੰਦਾ ਇੱਥੇ, ਅਤੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਚੱਕਣ ਦੀ ਲੋੜ ਜਾਂ ਜਿਹਨਾਂ ਨੂੰ ਹੱਲ ਕਰਾਉਣ ਦੀ ਲੋੜ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ TV ਅਤੇ ਮੈਂ ਹਾਂ ਸੁਰਖਾਵ। ਦੋਸਤੋ, ਮਾਝੇ ਦੀ ਉਹ ਸੀਟ ਜਿਹਦੇ 'ਤੇ ਪਿਛਲੀ ਵਾਰੀ ਸੰਨੀ ਦਿਓਲ ਨੇ ਕਬਜ਼ਾ ਕੀਤਾ, ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਗੁਰਦਾਸਪੁਰ ਦੇ ਵਿੱਚ ਇੱਕ ਵੱਡਾ ਚਿਹਰਾ, ਇੱਕ ਬਾਲੀਵੁੱਡ ਦਾ ਇੱਕ ਨਾਮੀ ਚਿਹਰਾ ਆਇਆ, ਉਸਨੂੰ ਜਿਤਾਵਾਂਗੇ, ਉਹ ਲੋਕਾਂ ਦੇ ਮੁੱਦੇ ਚੱਕੇਗਾ। ਪਰ ਲੋਕ ਖਾਸੇ ਨਾਰਾਜ਼ ਨਜ਼ਰ ਆਏ, ਅਤੇ ਇਸੇ ਚੀਜ਼ ਨੂੰ ਦੇਖਦੇ ਹੋਏ ਹੁਣ ਉਮੀਦਵਾਰ ਨੇ ਜਿਹੜੇ ਵੱਖੋ ਵੱਖਰੇ ਪਾਰਟੀਆਂ ਵੱਲੋਂ ਉਤਾਰੇ ਗਏ, ਅਤੇ ਦਾਅਵੇ ਕੀਤੇ ਜਾ ਰਹੇ ਨੇ ਕਿ ਐਤਕੀ ਜਿਹੜੀ ਜਿੱਤ ਹੈ ਉਹ ਹਰ ਇੱਕ ਪਾਰਟੀ ਜਿਹੜੀ ਕਿ ਉਹ ਕਰੇਗੀ। ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਦੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜਿਹੜੇ ਕਿ ਬਟਾਲਾ ਤੋਂ ਵਿਧਾਇਕ ਨੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ 'ਚ ਉਤਾਰਿਆ ਹੈ। ਅਤੇ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਕਿ ਮੈਂ ਸਾਰੇ ਪਾਸਵਰਡ ਨੇ ਜਿਹੜੇ ਉਹ ਸ਼ਹਿਰੀ ਕਲਸੀ ਨੂੰ ਦਿੱਤੇ ਨੇ, ਸ਼ਹਿਰੀ ਕਲਸੀ ਮੇਰੇ ਨਾਲ ਨੇ। ਸਵਾਗਤ ਹੈ ਬਾਈ ਜੀ ਸਪੋਕਸਮੈਨ TV। ਥੈਂਕ ਯੂ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਪਹੁੰਚਣ 'ਤੇ ਜੀ। ਕਿਹੜੇ ਪਾਸਵਰਡ ਨੇ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਤੁਹਾਨੂੰ ਦਿੱਤੇ? ਦੇਖੋ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਵੀ ਗੱਲ ਚੱਲੀ, ਜਦੋਂ ਮਾਨ ਆਪਣੇ CM ਮਾਨ ਸਾਹਿਬ ਨੂੰ ਆਪਾਂ MP ਮੈਂਬਰ ਪਾਰਲੀਮੈਂਟ ਭੇਜਿਆ, ਜਿਹੜੇ ਪੰਜਾਬ ਦੇ ਮੁੱਦਿਆਂ 'ਤੇ ਉਹਨਾਂ ਨੇ ਗੱਲਾਂ ਰੱਖੀਆਂ ਜਾਂ ਜਿਹੜੇ ਪੰਜਾਬ ਦੇ ਮੁੱਦੇ ਉਹਨਾਂ ਨੇ ਚੁੱਕੇ, ਅਤੇ ਉਹ ਸਾਰਾ ਪੰਜਾਬ ਦੇਖਦਾ ਸੀ ਵੀ ਕੋਈ ਸਾਡੀ ਗੱਲ ਕਰਦਾ। ਸੋ ਅੱਜ ਉਸ ਗੱਲਾਂ ਦੇ ਤਹਿਤ ਲੋਕਾਂ ਨੇ ਐਡਾ ਵੱਡਾ ਫਤਵਾ ਦੇ ਦਿੱਤਾ ਮਾਨ ਸਾਹਿਬ ਨੂੰ। ਸੋ ਕਹਿਣ ਦਾ ਭਾਵ ਮੈਂ ਦੱਸਣਾ ਚਾਹੁੰਦਾ ਵੀ ਸਾਡੇ ਲੋਕ ਸਭਾ ਦੇ ਵਿੱਚ ਮੁੱਦੇ ਹੀ ਮੁੱਦੇ ਨੇ ਜੀ, ਜਿਹੜੇ ਮਰਜ਼ੀ ਮੁੱਦੇ ਦੀ ਗੱਲ ਕਰ ਲਈਏ, ਕਿਉਂਕਿ ਅੱਜ ਤੱਕ ਦੋਵਾਂ ਸਰਕਾਰਾਂ ਦੇ MP ਰਹਿ ਚੁੱਕੇ ਨੇ, ਪਰ ਅਸੀਂ ਗੁਰਦਾਸਪੁਰ ਲੋਕ ਸਭਾ ਵਾਲੇ ਉੱਥੇ ਦੇ ਉੱਥੇ ਖਲੋਤੇ ਹਾਂ, ਸਾਡੀ ਤਰੱਕੀ ਨਹੀਂ ਹੋਈ ਸੈਂਟਰ 'ਚ ਕੋਈ। ਹਾਲਾਂਕਿ ਬਹੁਤ ਵੱਡਾ ਚਿਹਰਾ ਗੁਰਦਾਸਪੁਰ ਦੇ ਵਿੱਚ ਲੋਕਾਂ ਨੇ ਜਿਤਾ ਕੇ ਭੇਜਿਆ, ਕਹਿੰਦੇ 2.5 ਕਿਲੋ ਦਾ ਹੱਥ ਉਹਨਾਂ ਦਾ ਇੱਕ ਹੈਗਾ। ਤੇ ਤੁਹਾਨੂੰ ਨਹੀਂ ਲੱਗਦਾ ਵੀ 2.5 ਕਿਲੋ ਦੇ ਹੱਥ ਨੇ ਲੋਕ ਸਭਾ ਦੇ ਵਿੱਚ ਆਵਾਜ਼ ਚੱਕ ਕੇ ਜਾਂ ਵੈਸੇ ਲੋਕਾਂ ਦੇ ਮੁੱਦੇ ਚੱਕਣ ਲਈ ਹੱਥ ਖੜਾ ਕੀਤਾ? ਦੇਖੋ ਜੀ, ਕਈ ਵਾਰੀ ਫਿਲਮਾਂ ਦੀ ਸਟੋਰੀ ਹੋਵੇ ਨਾ, ਅਤੇ ਉਹਦੇ 'ਚ ਜਿਹੜਾ ਇੱਕ ਹੀਰੋ ਦਾ ਕਿਰਦਾਰ ਆ ਬੜਾ ਵਧੀਆ ਲੱਗਦਾ, ਅਤੇ ਲੋਕਾਂ ਨੇ ਉਸ ਕਿਰਦਾਰ ਦੇ ਬਿਹਾਫ ਤੇ ਵੋਟਾਂ ਪਾਤੀਆਂ ਵੀ ਯਾਰ, ਜੇ ਬੰਦਾ ਫਿਲਮਾਂ 'ਚ ਏਡਾ ਵਧੀਆ ਕੰਮ ਕਰਦਾ ਤਾਂ ਹੋ ਸਕਦਾ ਵੀ ਸਾਡੇ ਲੋਕਾਂ ਦੀ ਆਵਾਜ਼ ਵੀ ਚੁੱਕੂਗਾ। ਲੋਕ ਪਿੰਡ ਦੇ ਸਰਪੰਚ ਕਿਉਂ ਬਣਾਉਂਦੇ ਨੇ? ਠੀਕ ਹੈ,
ਕੌਂਸਲਰ ਕਿਉਂ ਬਣਾਉਂਦੇ ਨੇ, ਆਪਣਾ MLA ਕਿਉਂ ਬਣਾਉਂਦੇ ਨੇ, ਆਪਣਾ MP ਕਿਉਂ ਬਣਾਉਂਦੇ ਨੇ, ਵੀ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਉੱਪਰ ਤੱਕ ਜਾਵੇ। ਪਰ ਦੁੱਖ ਦੀ ਗੱਲ ਇਹ ਹੈ ਵੀ ਜੇ ਲੋਕਾਂ ਦੀ ਆਵਾਜ਼ ਕੋਈ ਸੁਣਨ ਵਾਲਾ ਹੀ ਨਾ ਹੋਵੇ। ਇੱਥੇ ਗੁਰਦਾਸਪੁਰ 'ਚ ਕਰੋਨਾ ਰਿਹਾ, ਕਈ ਮੌਤਾਂ ਹੋ ਗਈਆਂ, ਆਹ ਹੁਣ ਪਿੱਛੇ ਜੇ ਹੜ੍ਹ ਆ ਗਏ, ਕਈਆਂ ਦੀ ਜ਼ਮੀਨ ਬਰਬਾਦ ਹੋ ਗਈ, ਤਨਾਅ ਵੀ ਸਮੇਂ ਦੇ ਅਕੋਰਡਿੰਗ ਪੰਜਾਬ ਦੇ ਉੱਤੇ ਵੀ ਕਿਹੇ ਸਮੇਂ ਕਰੋਪੀਆਂ ਆਉਂਦੀਆਂ ਰਹੀਆਂ ਇਹਨਾਂ ਸਮਿਆਂ ਦੇ ਵਿੱਚ। ਪਰ ਬੜੇ ਦੁੱਖ ਦੀ ਗੱਲ ਹੈ, ਜਿਹਨੂੰ ਬਣਾ ਕੇ ਭੇਜਿਆ ਉਹ ਨਜ਼ਰ ਹੀ ਨਹੀਂ ਆਇਆ, ਉਹਨੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ, ਫਿਰ ਦੁੱਖ ਤਾਂ ਲੱਗਦਾ ਹੀ ਹੈ ਨਾ। ਸਾਡੇ ਗੁਰਦਾਸਪੁਰ ਲੋਕ ਸਭਾ ਵਾਲੇ, ਸਾਡੇ ਲੋਕ ਬਾਹਰੋਂ ਆਏ ਦਾ ਸਵਾਗਤ ਵੀ ਬਹੁਤ ਕਰਦੇ ਆ ਵੀ ਆਇਆ ਹੈ ਬਾਹਰੋਂ, ਉਹਦੀ ਪ੍ਰਾਹੁਣਾਚਾਰੀ ਵੀ ਬੜੀ ਕਰਦੇ ਆ। ਪਰ ਜੇ ਫਿਰ ਨਾ ਖਰਾ ਉਤਰੇ ਤਾਂ ਬਾਅਦ ਵਿੱਚ ਫਿਰ ਉਹ ਤੁਹਾਡੇ ਸਾਹਮਣੇ ਆ, ਫਿਰ ਉਹ ਆਪ ਪਹਿਲਾਂ ਹੀ ਹੱਥ ਖੜੇ ਕਰ ਜਾਂਦੇ। ਫਾਇਦਾ ਮਿਲੂ ਇਸ ਚੀਜ਼ ਦਾ, ਤੁਹਾਨੂੰ ਲੱਗਦਾ ਹੈ ਵੀ ਪਿਛਲੀ ਵਾਰੀ ਜੋ BJP ਨੇ ਇਹਨੂੰ ਚਿਹਰਾ ਲਿਆਂਦਾ ਜਾਂ BJP ਨੇ ਗਲਤੀ ਕੀਤੀ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਕਿ ਲੋਕਲ ਉਮੀਦਵਾਰ 2 ਵਾਰ ਦੇ MLA ਨੇ, ਡਿਪਟੀ ਸਪੀਕਰ ਰਹਿ ਚੁੱਕੇ ਨੇ ਜਿਹੜਾ ਕਿ ਆ, ਅਤੇ ਉਹਨਾਂ ਨੂੰ ਮੈਦਾਨ 'ਚ ਉਤਾਰਿਆ? ਦੇਖੋ ਜੀ, ਸਭ ਤੋਂ ਵੱਡਾ ਧੋਖਾ ਜਿਹੜਾ ਸਾਡੇ ਲੋਕ ਸਭਾ ਨਾਲ BJP ਨੇ ਕੀਤਾ, ਠੀਕ, ਉਹਨਾਂ ਨੂੰ ਇਹ ਸੀ ਵੀ ਆਪਣੀ ਸੀਟ ਜਿੱਤਣ ਦਾ ਮਤਲਬ ਸੀ। ਇਹੋ ਹੀ ਲੋਕ ਉਦੋਂ ਸੰਨੀ ਦਿਓਲ ਵਾਸਤੇ ਵੋਟਾਂ ਮੰਗਦੇ ਸੀ। ਜੇ ਅਸੀਂ 5 ਸਾਲ 10 ਸਾਲ BJP ਦੀ ਸਰਕਾਰ ਰਹੀ ਆ, 5 ਸਾਲ ਸੰਨੀ ਦਿਓਲ MP ਰਿਹਾ ਵਾ, ਇੱਕ ਵੀ ਕੰਮ ਮੈਨੂੰ ਦੱਸ ਦਿਓ ਜਿਹੜਾ ਵੀ ਕੋਈ ਇੱਕ ਵਧੀਆ ਇਹਨਾਂ ਨੇ ਕੰਮ ਕੀਤਾ ਹੋਵੇ, ਠੀਕ ਹੈ। ਸੋ ਦੁੱਖ ਦੀ ਗੱਲ ਇਹ ਜਿਹੜੇ 5 ਸਾਲ ਆਪਾਂ ਜਿਹੜੇ ਵਿਕਾਸ ਦੀ ਜਗ੍ਹਾ ਵਿਨਾਸ਼ ਦੇ ਹੋਏ ਜਿਹੜੇ ਸਾਡੇ, ਉਹਦੀ ਦੇਣ ਵੀ ਸਾਡੇ ਜਿਹੜੇ BJP ਦੇ, ਮੈਂ ਕਹਿ ਸਕਦਾ ਵਾਂ ਵੀ ਜਿਹੜੇ ਆਗੂ ਸਾਹਿਬਾਨ ਜਿਹੜੇ ਕਹਿੰਦੇ ਸੀ ਵੋਟਾਂ ਪਾ ਦਿਓ ਜੀ ਸੰਨੀ ਦਿਓਲ ਨੂੰ, ਇੱਕ ਮੌਕਾ ਦੇ ਦਿਓ ਜੀ, ਨਾਲ ਉਦੋਂ ਅਕਾਲੀ ਦਲ ਵੀ ਸੀ ਇਹਨਾਂ ਦੇ, ਠੀਕ ਹੈ, ਉਦੋਂ ਅਕਾਲੀ ਦਲ ਵੀ ਸੀ। ਹੁਣ ਇਹ ਖਾਮਿਆਂ ਜਾਂ ਭੁਗਤਿਆ ਕਿੰਨੇ ਆ, ਇਹ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਕਿੰਨਾ ਨੇ, ਇਹਨਾਂ ਨੇ ਦੋਵਾਂ ਨੇ ਰਲ ਕੇ ਕੀਤਾ। ਔਰ ਉਸ ਤੋਂ ਬਾਅਦ ਕਾਂਗਰਸ ਦੇ ਵੀ MP ਰਹੇ ਨੇ ਸਾਡੇ, ਉਹ ਵੀ ਦੱਸ ਦੇਣ ਜੇ ਕੋਈ ਕੀਤਾ ਕੰਮ ਤਾਂ ਦੱਸ ਦੇਣ। ਸੋ ਕਹਿਣ ਦਾ ਭਾਵ ਲੋਕ ਇਹਨਾਂ ਨੂੰ ਨਕਾਰ ਚੁੱਕੇ ਨੇ। ਸਰ, ਸ਼ਹਿਰੀ ਕਲਸੀ ਨੂੰ ਜਦੋਂ ਸੰਨੀ ਦਿਓਲ ਸਾਹਮਣੇ ਆਉਂਦਾ ਸੀ ਜਾਂ ਸੰਨੀ ਦਿਓਲ ਲਿਆਉਂਦਾ 2019 ਦੇ ਵਿੱਚ ਚਿਹਰਾ ਬਣਾ ਕੇ, ਸ਼ਹਿਰੀ ਕਲਸੀ ਨੂੰ ਨਿੱਜੀ ਤੌਰ 'ਤੇ ਉਮੀਦਾਂ ਸੀਗੀਆਂ? ਬੇਸ਼ੱਕ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ, ਤੁਹਾਡੀ ਪਾਰਟੀ ਨੇ ਇੱਥੋਂ ਆਪਣਾ ਜਿਹੜਾ ਇਲੈਕਸ਼ਨ ਆ ਉਹ ਵੀ ਲੜਿਆ ਸੀ, ਨਿੱਜੀ ਤੌਰ 'ਤੇ ਕੋਈ ਲੱਗਦਾ ਸੀ ਯਾਰ ਵੱਡਾ ਚਿਹਰਾ ਆ ਗਿਆ ਸ਼ਾਇਦ ਕੋਈ ਇਸ ਹਲਕੇ ਦਾ ਸੁਧਾਰ ਦੇ ਕੁਛ? ਨਹੀਂ ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਦੋਂ ਸਾਨੂੰ ਜਿਸ ਤਰ੍ਹਾਂ ਆਪਾਂ, ਮੈਂ ਤੁਹਾਨੂੰ ਦੱਸਿਆ ਵੀ ਫਿਲਮਾਂ ਦੀਆਂ ਸਟੋਰੀਆਂ ਚੱਲਦੀਆਂ ਰਹਿੰਦੀਆਂ ਸੀ ਵੀ ਲੱਗਦਾ ਸੀ ਵੀ ਹੀਰੋ ਜੀ ਵਧੀਆ ਕੰਮ ਕਰੂਗਾ, ਲੋਕਾਂ ਨੇ ਵੀ ਇਸੇ ਚਾਹ 'ਚ ਹੀ ਵੋਟਾਂ ਪਾਉਂਦੇ ਨੇ, ਠੀਕ, ਬਾਹਰੋਂ ਕਿ ਇੱਕ ਸਟਾਰ ਹੈ, ਚਲੋ ਵਧੀਆ ਕੰਮ ਕਰੂਗਾ। ਬਟ ਇਹ ਨਹੀਂ ਸੀ ਪਤਾ ਵੀ ਜਿਹੜਾ ਇੰਨਾ ਸਾਨੂੰ ਵੱਡਾ ਖਾਮਿਆ ਜਿਹਾ ਜਿਹੜਾ ਭੁਗਤਣਾ ਪਊਗਾ ਉਹ ਲੋਕਾਂ ਦੀ ਕਚਹਿਰੀ 'ਚ ਹੀ ਆ ਅੱਜ, ਠੀਕ ਹੈ। ਲੋਕਾਂ ਦੀ ਕਚਹਿਰੀ ਹੈ, ਪਰ ਲੋਕਾਂ ਦੀ ਕਚਹਿਰੀ ਹੁਣ ਆਮ ਆਦਮੀ ਪਾਰਟੀ ਲਈ ਵੀ ਸੇਮ ਹੈ, ਬਿਲਕੁਲ। ਪਰ ਆਮ ਆਦਮੀ ਪਾਰਟੀ ਨੇ ਕਚਹਿਰੀ 'ਚ ਇੱਕ ਵਿਧਾਇਕ ਨੂੰ, ਬਟਾਲੇ ਦੇ ਇੱਕ ਵਿਧਾਇਕ ਨੂੰ, 9 ਹੋਰ ਹਲਕਿਆਂ ਯਾਨੀ ਕਿ 8 ਹੋਰ ਹਲਕਿਆਂ ਦੀ ਜ਼ਿੰਮੇਵਾਰੀ ਦਿੱਤੀ ਆ। ਕੀ ਲੱਗਦਾ ਇਹ ਜ਼ਿੰਮੇਵਾਰੀ ਸ਼ਹਿਰੀ ਕਲਸੀ 'ਤੇ ਕਿਉਂ ਪਾਈ ਗਈ, ਪਹਿਲਾ ਸਵਾਲ? ਦੇਖੋ ਜੀ, ਮੈਂ ਦੱਸਣਾ ਚਾਹੁੰਦਾ, ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਬਟਾਲੇ ਹਲਕਾ ਦੇ ਮੇਰੇ ਲੋਕ ਜਿਨ੍ਹਾਂ ਨੇ ਮੈਨੂੰ ਵਿਧਾਇਕ ਬਣਾਇਆ, ਕਿਉਂਕਿ ਅਸਲ ਪਛਾਣ ਮੇਰੀ ਇਹਨਾਂ ਨੇ ਬਣਾਈ, ਠੀਕ ਹੈ। ਮੈਂ ਰਾਤ ਦਿਨ ਮਿਹਨਤ ਕੀਤੀ, ਔਰ ਮੇਰੀ ਕੋਸ਼ਿਸ਼ ਰਹੀ ਵੀ ਜੋ ਮੈਂ ਕਰ ਸਕਿਆ ਵੱਧ ਤੋਂ ਵੱਧ ਐਫਰਟ ਕਰਾਂ, ਅਤੇ ਸਗੋਂ ਹੁਣ ਤਾਂ ਸਾਡੇ ਬਟਾਲੇ ਦਾ ਮੂੰਹ ਸਿਰ ਨਿਕਲਣਾ ਥੋੜ੍ਹਾ ਜਿਹਾ ਹਲੇ ਸ਼ੁਰੂ ਹੋਇਆ ਹੀ ਸੀ, ਠੀਕ ਹੈ, ਠੀਕ ਆ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਅੱਗੇ ਮੈਂ ਇੱਕ ਹਲਕੇ ਦੀ ਸੇਵਾ ਕਰ ਰਿਹਾ ਸੀ ਕਿਉਂਕਿ ਮੇਰੀ ਇੱਥੇ ਡਿਊਟੀ ਲੱਗੀ ਸੀ, ਹੁਣ ਮੇਰੀ 9 ਹਲਕਿਆਂ 'ਚ ਜੇ ਮੇਰੇ ਗੁਰਦਾਸਪੁਰ ਲੋਕ ਸਭਾ ਦੇ ਲੋਕ ਡਿਊਟੀ ਲਾਉਂਦੇ ਆ, ਤਾਂ ਮੈਂ ਇੱਕ ਗੱਲ ਕਹਿ ਸਕਦਾ, ਅਗਲੀਆਂ ਵੋਟਾਂ ਤਦ ਮੰਗੂੰਗਾ ਜੇ ਮੈਂ ਕੁਝ ਕਰੂੰਗਾ, ਨਹੀਂ ਤਾਂ ਮੈਂ ਵੋਟ ਨਹੀਂ ਮੰਗਦਾ ਜੀ। ਇਹ ਬਿਆਨ ਤਾਂ ਮੁੱਖ ਮੰਤਰੀ ਪੰਜਾਬ ਵਾਲੇ ਆ। ਮੈਂ ਕਿਹਾ ਜੀ, ਬਟਾਲੇ 'ਚ ਕਰ ਰਹੇ ਹਾਂ, ਤੁਸੀਂ ਸ਼ਾਇਦ ਜੇ ਪਹਿਲਾਂ ਵੀ ਕਿਤੇ ਆਏ ਹੋਵੋ ਇਲੈਕਸ਼ਨ ਦੇ ਦੌਰ 'ਤੇ, ਤੁਹਾਨੂੰ ਨਜ਼ਰ ਆਉਂਦਾ ਹੋਊਗਾ ਵੀ ਯਾਰ ਸੜਕ ਛੋਟੀ ਹੀ
ਚੌੜੀ ਹੋ ਗਈ। ਠੀਕ ਹੈ ਯਾਰ, ਚੌਂਕ ਖੁੱਲੇ ਹੋ ਗਏ। ਠੀਕ ਹੈ, ਕਹਿਣ ਦਾ ਭਾਵ ਕੰਮ ਕਰ ਰਹੇ ਹਾਂ ਅਤੇ ਕੰਮ ਨੂੰ ਲੋਕ ਵੋਟਾਂ ਪਾਉਂਦੇ ਨੇ। ਉਸ ਸਮਾਂ ਲੰਘ ਗਿਆ ਜੀ, ਪਹਿਲਾਂ ਜਾਤ ਪਾਤ ਦੇ ਨਾਂ 'ਤੇ ਵੋਟਾਂ ਮੰਗਦੇ ਸੀ, ਠੀਕ ਹੈ, ਫਿਰ ਪੰਥ ਦੇ ਨਾਂ 'ਤੇ ਵੋਟਾਂ ਮੰਗੀਆਂ, ਧਰਮ ਦੇ ਨਾਂ 'ਤੇ ਵੋਟਾਂ ਮੰਗੀਆਂ। ਠੀਕ ਹੈ, ਹਰ ਜਾਤ ਪਾਤ ਦਾ ਹਰ ਧਰਮ ਦਾ ਸਤਿਕਾਰ ਹੋਣਾ ਚਾਹੀਦਾ, ਪਰ ਜਿਹੜੀ ਸਿਆਸਤ ਹੈ, ਸਿਆਸਤ ਨੂੰ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਨੂੰ ਨਹੀਂ ਅਟੈਚ ਕਰਨਾ ਚਾਹੀਦਾ। ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਕੈਲਕੂਲੇਸ਼ਨ ਦਾ ਤੁਹਾਡੇ ਗੁਰਦਾਸਪੁਰ ਹਲਕੇ ਸਭ ਤੋਂ ਵੱਧ ਫਿੱਟ ਬੈਠਦੀ ਹੈ, ਕਿਉਂਕਿ ਧਰਮ ਜਾਤ ਨੂੰ ਲੈ ਕੇ ਇੱਥੇ ਬਹੁਤ ਵੱਡੇ ਪੱਧਰ 'ਤੇ ਪੋਲਰਾਈਜੇਸ਼ਨ ਉੱਠਦੀ ਹੈਗੀ ਹੈ। ਚਾਹੇ ਉਹ ਈਸਾਈ ਭਾਈਚਾਰੇ ਦੀ ਮੈਂ ਗੱਲ ਕਰਨਾ, ਚਾਹੇ ਹਿੰਦੂ ਭਾਈਚਾਰੇ ਦੀ ਗੱਲ ਕਰਨਾ, ਚਾਹੇ ਇੱਥੇ ਜੋ ਕਿ ਅਰਧ ਪਹਾੜੀ ਏਰੀਆ ਵੀ ਤਾਂ ਇਹਦੇ ਵਿੱਚ ਆਉਂਦਾ ਹੈ ਨਾ, ਅਤੇ ਸਿੱਖ ਭਾਈਚਾਰੇ ਦੀ ਗੱਲ ਕਰਨਾ, ਸੋ ਸਾਰੇ ਭਾਈਚਾਰੇ ਇਸ ਏਰੀਏ 'ਚ ਸਭ ਤੋਂ ਵੱਧ ਨੇ, ਤਾਂ ਇੱਥੇ ਤਾਂ ਇਹ ਕੈਲਕੂਲੇਸ਼ਨ ਬਹੁਤ ਹੈ। ਮੈਂ ਦੱਸਣਾ ਚਾਹੁੰਦਾ, ਦੇਖੋ ਈਸਾਈ ਭਾਈਚਾਰੇ ਵੀ ਸਾਡੇ ਸਤਿਕਾਰਯੋਗ ਨੇ। ਹੁਣ ਮੈਨੂੰ ਵਿਧਾਨ ਸਭਾ 'ਚ ਮੌਕਾ ਮਿਲਿਆ, ਸਾਡੇ ਇੱਥੇ ਕਬਰਾਂ ਦਾ ਇਸ਼ੂ ਆ ਬੜਾ। ਠੀਕ ਹੈ, ਲੋਕਾਂ ਦੀਆਂ ਵੀ ਜਦੋਂ ਡੈਥ ਹੋ ਜਾਂਦੀ ਹੈ, ਦਫਨਾਉਣ ਵਾਸਤੇ ਜਗ੍ਹਾ ਨਹੀਂ ਹੈ, ਮੈਂ ਉਹ ਕਬਰਾਂ ਦਾ ਇਸ਼ੂ ਚੁੱਕਿਆ, ਜਿਹਦੇ ਵਾਸਤੇ ਮਾਨ ਸਾਹਿਬ ਨਾਲ ਮੀਟਿੰਗ ਵੀ ਹੋਈ, ਔਰ ਇਹਦਾ ਬੜਾ ਵਧੀਆ ਇੱਕ ਹੱਲ ਜਿਹੜਾ ਉਹ ਆਉਣ ਵਾਲੇ ਸਮੇਂ ਨੂੰ ਕੀਤਾ ਜਾ ਰਿਹਾ। ਸੋ ਕਹਿਣ ਦਾ ਭਾਵ ਕ੍ਰਿਸਚਨ ਭਾਈਚਾਰਾ, ਹਿੰਦੂ ਭਾਈਚਾਰਾ, ਸਿੱਖ ਭਾਈਚਾਰਾ, ਇਹ ਸਾਡੇ ਭਾਈਚਾਰਕ ਇੱਕ ਗੁਲਦਸਤਾ ਹੈ। ਗੁਲਦਸਤਾ ਬਿਲਕੁਲ। ਇੱਥੇ ਹੁਣ ਇੱਕ ਬੰਦਾ, ਤੁਸੀਂ ਇੱਕ ਸ਼ੋਰੂਮ ਖੋਲਿਆ, ਇੱਕ ਤੁਸੀਂ ਬੰਦਾ ਰੱਖਿਆ ਆਪਣੇ ਕੋਲ, ਉਹ ਸਵੇਰੇ ਆ ਜਾਂਦਾ ਹੈ, ਉਹ ਬਹਿ ਜਾਂਦਾ, ਕਰਦਾ ਕੁਛ ਨਹੀਂ ਹੈ, ਚਲਾ ਜਾਂਦਾ ਅਤੇ ਟਾਈਮ ਪਾਸ ਕਰਦਾ ਹੈ ਪੂਰਾ, ਅਤੇ ਤੁਸੀਂ ਉਹਨੂੰ ਕਿੰਨਾ ਕੁ ਚਿਰ ਰੱਖੋਗੇ, ਕਿੰਨਾ ਕੁ ਚਿਰ ਪਰਖੋਗੇ, ਅਖੀਰ ਤੁਸੀਂ ਉਹਨੂੰ ਜਵਾਬ ਦੇ ਕੇ ਫਿਰ ਕੰਮ ਵਾਲਾ ਬੰਦਾ ਹੀ ਵੇਖੋਗੇ ਨਾ, ਵੀ ਯਾਰ ਵੋਟਾਂ 'ਤੇ ਪਹਿਲਾਂ ਵੀ ਪਾਉਂਦੇ ਨੇ, ਕੰਮ 'ਤੇ ਪਹਿਲਾਂ ਵੀ ਕਰਦੇ ਨੇ, ਕਿਸੇ ਨੇ ਰਿਸ਼ਤੇਦਾਰੀ ਕਹਿਣ 'ਤੇ ਵੋਟ ਪਾ ਦਿੱਤੀ, ਕਿਸੇ ਨੇ ਜਾਤ ਪਾਤ ਦੇ ਨਾਂ 'ਤੇ ਵੋਟ ਪਾ ਦਿੱਤੀ, ਸਾਡੇ ਕੋਲ ਕਿਸੇ ਨੇ ਧਰਮ ਦੇ ਨਾਂ 'ਤੇ ਵੋਟ ਪਾ ਦਿੱਤੀ, ਆਖਰ ਮੁੱਲ ਕਿਹਦਾ ਹੈ? ਮੁੱਲ ਕੰਮ ਦਾ ਹੈ, ਡਿਵੈਲਪਮੈਂਟ ਦਾ ਹੈ। ਲੋਕ ਸਮਝ ਗਏ ਨੇ, ਗੁਰਦਾਸਪੁਰ ਦੇ ਲੋਕ ਸਮਝ ਗਏ ਨੇ, ਬਿਲਕੁਲ 101%। ਮੈਨੂੰ ਬੀਜੇਪੀ ਵਾਲੇ ਬੰਦੇ ਮਿਲਦੇ, ਮੈਨੂੰ ਕਾਂਗਰਸੀ ਬੰਦੇ ਮਿਲੇ, ਉਹ ਕਹਿੰਦੇ ਵੀ ਯਾਰ ਸਾਨੂੰ ਖੁਸ਼ੀ ਹੈ ਇਸ ਗੱਲ ਦੀ, ਕਹਿੰਦੇ ਫੋਟੋਆਂ ਭਾਵੇਂ ਸਾਡੀਆਂ ਉੱਧਰ ਨੂੰ ਆਉਣ, ਪਰ ਮੈਂ ਇੰਨੀ ਗੱਲ, ਲੋਕ ਮੈਨੂੰ ਕਹਿ ਰਹੇ ਨੇ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ, ਕਹਿੰਦੇ ਯਾਰ ਨਾ ਕਿਸੇ ਅਸੀਂ MLA ਦੇ ਦਫ਼ਤਰ 'ਚ ਗਏ, ਠੀਕ ਹੈ, ਨਾ ਕਿਸੇ ਸਰਪੰਚ ਦੇ ਸਾਈਨ ਕਰਾਉਣ ਦੀ ਲੋੜ ਪਈ, ਨਾ ਸਾਨੂੰ ਕੌਂਸਲਰ ਦੀ ਲੋੜ ਪਈ, ਨਾ ਸਾਨੂੰ ਦਫ਼ਤਰਾਂ ਅੱਗੇ ਲਾਈਨਾਂ 'ਚ ਲੱਗਣਾ ਪਿਆ। 600 ਯੂਨਿਟ ਕਹਿੰਦੇ ਸਾਡਾ ਵੀ ਫ੍ਰੀ ਹੈ, ਕਹਿੰਦੇ ਮੈਂ 2500 ਬਿੱਲ ਤਾਰਦਾ ਹਾਂ, ਕੋਈ ਕਹਿੰਦਾ ਮੈਂ 1500 ਤਾਰਦਾ, ਕੋਈ ਕਹਿੰਦਾ ਮੈਂ 3000 ਤਾਰਦਾ ਹਾਂ, ਕਹਿੰਦਾ ਸਾਡਾ ਫ੍ਰੀ ਹੈ, ਕਿਉਂ ਨਾ ਹੀ ਵੋਟ ਪਾਵਾਂਗੇ ਯਾਰ, ਆਪਾਂ ਇਹਨਾਂ ਸਰਕਾਰਾਂ 'ਚ ਰਹੇ ਹਾਂ ਲੰਮੇ ਸਮੇਂ ਤੋਂ, ਠੀਕ ਹੈ, ਪਰਸਨਲੀ ਸਾਡਾ ਕਦੀ ਫਾਇਦਾ ਹੋਇਆ ਹੀ ਨਹੀਂ, ਆਪਾਂ ਵੋਟਾਂ ਮੰਗਦੇ ਰਹੇ ਹਾਂ, ਆਪਾਂ ਜਿਹੜੇ ਵੀ ਪਾਰਟੀਆਂ ਦੇ ਪ੍ਰੋਗਰਾਮ ਹੋਣੇ ਆਪਾਂ ਉਹਨਾਂ ਦੇ ਵੱਧ ਚੜ੍ਹ ਕੇ ਪਹੁੰਚਦੇ ਰਹੇ ਹਾਂ, ਪਰ ਦੁੱਖ ਦੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਭਾਵੇਂ ਵਿਰੋਧੀ ਪਾਰਟੀ ਦੀ ਰੈਲੀ ਹੋਵੇ, ਭਾਵੇਂ ਉਹਨਾਂ ਦੀਆਂ ਮੀਟਿੰਗਾਂ ਹੋਣ, ਉੱਥੇ ਜਾ ਕੇ ਇੰਨੀ ਗੱਲ ਪੁੱਛ ਲਿਓ ਵੀ ਸੱਚ ਸੱਚ ਦੱਸਿਓ ਵੀ ਕਿੰਨਾ ਕਿੰਨਾ ਦੇ ਬਿੱਲ ਜ਼ੀਰੋ ਆ ਰਹੇ ਨੇ, ਉੱਥੇ ਵੀ 75% ਲੋਕਾਂ ਲੱਗਦਾ ਹੈ ਵੀ ਤੁਹਾਡਾ ਬ੍ਰਹਮਾਸਤਰ ਇਹੀ ਹੈ। ਨਹੀਂ ਮੈਂ ਨਹੀਂ ਬ੍ਰਹਮਾਸਤਰ, ਦੇਖੋ ਸਾਡੇ 2 ਸਾਲ ਦਾ ਕੰਮ ਹੈ, ਜੇ ਵੱਡੀ ਗਰੰਟੀ ਕਹੀ ਸੀ ਉਹ ਪੂਰੀ ਕੀਤੀ ਹੈ, ਠੀਕ ਹੈ, ਉਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ, ਮੁਹੱਲਾ ਕਲੀਨਿਕ, ਸਕੂਲ ਆਫ ਐਮੀਨੈਂਸ, ਕਿਸਾਨਾਂ ਦੇ ਨਾਲ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ ਆ ਵੀ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ, ਚਾਹੇ ਗੰਨੇ ਦੀ ਅਦਾਇਗੀ ਸੀ, ਚਾਹੇ ਆ ਸਾਡੇ ਲਾਗੇ ਸ਼ੂਗਰ ਮੇਲਾ ਲੱਗੇ, ਬਿਲਕੁਲ, ਮੈਂ ਇੱਥੇ ਅਕਸਰ ਧਰਨੇ ਲੱਗਦੇ ਵੇਖੇ, ਪਰ ਜਦੋਂ 2 ਸਾਲ ਹੋ ਗਏ ਸਾਡੀ ਸਰਕਾਰ ਨੂੰ, ਇੱਕ ਧਰਨਾ ਨਹੀਂ ਮੈਂ ਵੇਖਿਆ, ਕਾਰਨ ਕੀ? ਸਮੇਂ ਸਿਰ ਭੁਗਤਾਨ ਹੋ ਰਿਹਾ। ਸੋ ਬੜੇ ਐਸੇ ਕੰਮ ਨੇ, ਬੜੇ, ਜੇ ਆ 1 ਕਰੋੜ ਰੁਪਈਆ ਸ਼ਹੀਦੀ ਸਨਮਾਨ ਵਾਸਤੇ
ਬੜੇ ਮੁੱਖ ਮੰਤਰੀ ਰਹੇ ਨੇ, ਕਿਹੜਾ ਮੁੱਖ ਮੰਤਰੀ ਅੱਜ ਤੱਕ ਗਿਆ ਕਰੇ? ਠੀਕ, ਫਿਰ ਜਾ ਕੇ ਉਹਦੇ ਨਾਲ ਦੁੱਖ ਸਾਂਝਾ ਕਰਨਾ, ਇਹ ਇੱਕ ਕਾਬਿਲੇ ਤਰੀਕ ਹੈ। 1000 ਰੁਪਇਆ ਬੀਬੀਆਂ ਕਹਿੰਦੀ ਸਾਡਾ 24,000 ਹੋ ਗਿਆ ਹੁਣ ਤੱਕ। ਅੱਛਾ, ਕਦੋਂ ਦੋਗੇ? ਮੈਂ ਦੱਸਣਾ ਚਾਹੁੰਦਾ ਜੀ, ਇਹ ਸਭ ਤੋਂ ਵੱਡੀ ਜਿਹੜੀ ਗਰੰਟੀ ਸੀ ਸਾਡੀ, ਸਾਡੇ ਸਿਰ 'ਤੇ ਜਿਹੜੀ ਜ਼ਿੰਮੇਵਾਰੀ ਸੀ ਉਹ ਪਹਿਲਾਂ ਬਿਜਲੀ ਦੀ ਯੂਨਿਟ। ਠੀਕ, ਅੱਜ ਇੱਕ ਪਿੰਡ ਦੇ ਵਿੱਚੋਂ 85% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ, ਆ ਜਾ ਕੇ ਕਿਸੇ ਦਾ 2500 ਬਿੱਲ ਸੀ, ਕਿਸੇ ਦਾ 3000 ਸੀ, ਅੱਜ ਉਹਦੀ ਜੇਬ 'ਚ ਬਚਣ ਡਹਿ ਪਿਆ। ਇਹ ਸਭ ਤੋਂ ਵੱਡਾ ਕੰਮ ਸੀ, ਇਹ ਬੀਬੀਆਂ ਦੇ 1000 ਰੁਪਏ ਨਾਲੋਂ ਵੀ ਵੱਡਾ ਕੰਮ ਸੀ ਸਾਡੇ। ਠੀਕ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਾਡਾ 5 ਸਾਲ ਦਾ ਟਾਈਮ ਪੀਰੀਅਡ, 2 ਸਾਲ ਹੋਏ ਨੇ, 3 ਸਾਲ ਰਹਿੰਦੇ ਨੇ ਹਲੇ। ਠੀਕ ਹੈ, ਜੇ ਆਪਾਂ ਚੰਗੇ ਕੰਮ ਕਰਾਂਗੇ, ਜੇ ਆਪਾਂ ਆਪਣੀਆਂ ਗੱਲਾਂ ਦੇ ਪੂਰੇ ਖਰੇ ਉਤਰਾਂਗੇ ਤਾਂ ਵੋਟ ਪਾ ਦੇਣਾ ਅਗਲੀ ਵਾਰੀ, ਨਹੀਂ ਪੂਰੇ ਉਤਰਦੇ ਤਾਂ ਨਾ ਪਾਉਣ। ਇਹ ਤੋਂ ਵੱਡੀ ਗੱਲ ਤਾਂ ਨਹੀਂ ਕੋਈ ਹੋ ਸਕਦੀ। ਇੱਕ ਮੌਕਾ ਤੁਸੀਂ ਹੁਣ ਵੀ ਮੰਗ ਰਹੇ ਹੋ, ਤੁਸੀਂ ਬੇਸ਼ੱਕ 2 ਸਾਲ ਸਰਕਾਰ ਦੇ ਲੋਕਾਂ ਨੇ ਦੇਖ ਲਏ, ਜਦੋਂ ਸਰਕਾਰ ਆਉਂਦੀ ਹੈ ਅਮੂਮਨ ਅਸ਼ਰੀ ਜੀ ਨਾਲ ਨਾਲ ਵਿਰੋਧ ਵੀ ਸ਼ੁਰੂ ਹੋ ਜਾਂਦਾ ਹੈ ਕਿ ਲੋਕਾਂ ਨੂੰ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ ਲੋਕਾਂ ਦੀਆਂ ਉਹ ਪੂਰੀਆਂ ਨਹੀਂ ਹੁੰਦੀਆਂ, ਜਾਂ ਇੱਕ ਸਰਕਾਰੀ ਤੰਤਰ ਹੁੰਦਾ ਉਹਦੇ ਵਿੱਚ ਆ ਕੇ ਬੰਦਿਸ਼ਾਂ ਹੋ ਜਾਂਦੀਆਂ ਨੇ, ਉਸ ਵਿਰੋਧ ਨੂੰ ਕਿਵੇਂ ਝੱਲੋਗੇ ਜਾਂ ਕਿਵੇਂ ਟੈਕਲ ਕਰੋਗੇ? ਦੇਖੋ, ਉਹ ਵਿਰੋਧ ਨਹੀਂ, ਉਹ ਸਵਾਰਥ ਹੁੰਦਾ ਜੀ, ਆਪਣਾ ਪਰਸਨਲੀ ਸਵਾਰਥ। ਹੁਣ 45,000 ਦੇ ਕਰੀਬ ਨੌਕਰੀਆਂ ਦੇ ਦਿੱਤੀਆਂ, ਠੀਕ ਹੈ, 13,000 ਦੇ ਕਰੀਬ ਕੱਚੇ ਕਰਮਚਾਰੀ ਪੱਕੇ ਕੀਤੇ। ਮੈਨੂੰ ਅੱਜ ਵੀ ਯਾਦ ਆ, ਸਾਡੇ ਇੱਥੇ ਬਟਾਲੇ ਬਾਬਾ ਜੀ ਦਾ ਵਿਆਹ ਹੁੰਦਾ, ਬੜਾ ਮਸ਼ਹੂਰ, ਬਿਲਕੁਲ, ਬੜਾ ਲੰਗਰ ਲਾਇਆ ਸੀ ਕਿਸੇ ਨੇ, ਤੇ ਮੈਂ ਭੁੱਖ ਲੱਗੀ ਤੇ ਮੈਂ ਜਾ ਕੇ ਖੜ ਗਿਆ, ਮੈਂ ਜਾ ਕੇ ਲੰਗਰ ਛਕਣ ਲੱਗਾ। ਇਹ ਕਦੋਂ ਦੀ ਗੱਲ ਹੈ? ਇਹ ਬਾਬਾ ਜੀ ਦੇ ਵਿਆਹ ਦੀ ਗੱਲ ਆ, ਜਦੋਂ ਤੁਸੀਂ ਐਮਐਲਏ ਬਣ ਗਏ ਉਦੋਂ ਬਾਅਦ ਦੀ ਗੱਲ। ਹਾਂ ਹਾਂ ਹਾਂ, ਇਹ ਆ ਬਾਈਪਾਸ ਦੀ ਗੱਲ ਆ, ਮੈਂ ਕਹਿ ਸਕਦਾ ਡੇਰਾ ਰੋਡ ਚੌਂਕ ਤੇ ਬਾਈਪਾਸ ਤੇ ਪਹਿਲੀ ਕਲੋਨੀ ਆ, ਉੱਥੇ ਆ। ਠੀਕ ਹੈ, ਇੱਕ ਵੀਰ ਆ ਗਿਆ ਮੇਰੇ ਕੋਲ ਤੇ ਉਹਨੇ ਆ ਕੇ ਮੈਨੂੰ ਸਲੂਟ ਮਾਰਿਆ, ਆ ਕੇ ਮੈਨੂੰ ਕਹਿੰਦਾ ਭਾਜੀ ਮੈਂ ਫੌਜ ਦੇ ਵਿੱਚੋਂ ਰਿਟਾਇਰ ਆਇਆ। ਅੱਛਾ, ਮੈਂ ਕਿਹਾ ਬੜੀ ਵਧੀਆ ਗੱਲ ਆ, ਜੰਗ ਮੁੰਡਾ ਸੀ। ਕਹਿੰਦਾ ਮੈਂ ਟੈਸਟ ਦਿੱਤਾ ਤੇ ਅੱਜ ਦਾਸ ਨੂੰ ਤੁਹਾਡੀ ਸਰਕਾਰ ਨੇ ਸਬ ਇੰਸਪੈਕਟਰ, ਮੈਂ ਪੁਲਿਸ ਪਰਪਸ ਦਿੱਤਾ, ਸਬ ਇੰਸਪੈਕਟਰ ਭਰਤੀ ਹੋ ਗਿਆ। ਕਹਿੰਦਾ ਇੱਕ ਪੈਸਾ ਨਹੀਂ ਲੱਗਾ, ਕਹਿੰਦਾ ਕਿਸੇ ਦੀ ਸਿਫਾਰਸ਼ ਨਹੀਂ ਲੱਗੀ। ਸੋ ਜਦੋਂ ਐਸੀਆਂ ਮਿਸਾਲਾਂ ਪੈਦਾ ਹੋਣਗੀਆਂ, ਕਿਉਂ ਨਾ ਪੰਜਾਬ ਤਰੱਕੀ 'ਚ ਜਾਊਗਾ, ਕਿਉਂ ਨਾ ਪੜ੍ਹਨ ਲਿਖਣ ਵਾਲਿਆਂ ਦਾ ਬੁੱਲ ਪਊਗਾ। ਸੋ ਸਾਡੀ ਮੈਂਟੈਲਿਟੀ ਚੇਂਜ ਹੈ, ਸਾਡੀ ਸੋਚ ਚੇਂਜ ਹੈ। ਅਸੀਂ ਚਾਹੁੰਦੇ ਹਾਂ ਜਿਹੜੇ ਬੱਚੇ ਦਾ ਹੱਕ ਬਣਦਾ ਉਹਨੂੰ ਉਹਦਾ ਹੱਕ ਮਿਲੇ। ਮੇਰੇ ਕੋਲ ਵੀ ਕਈ ਸੱਜਣ ਆਉਂਦੇ ਨੇ, ਮੇਰੇ ਦੋਸਤ ਮਿੱਤਰ ਆਉਂਦੇ ਨੇ, ਉਹ ਯਾਰ ਸਾਡਾ ਬੱਚਾ ਯਾਰ ਉਹਨੂੰ ਨੌਕਰੀ ਲਵਾ ਦੇ ਯਾਰ, ਸਾਡਾ ਇਹਨੂੰ ਐਂ ਕਰਦੇ। ਮੈਂ ਇਹਨਾਂ ਨੂੰ ਇੱਕੋ ਬੇਨਤੀ ਕਰਦਾ, ਮੈਂ ਕਹਿੰਦਾ ਯਾਰ ਬੱਚਿਆਂ ਨੂੰ ਪੜ੍ਹਾਓ ਲਿਖਾਓ, ਤੁਹਾਨੂੰ ਕਿਸੇ ਦੀ ਸਿਫਾਰਸ਼ ਦੀ ਲੋੜ ਨਹੀਂ ਆ। ਪੰਜਾਬ ਕਦੋਂ ਤਰੱਕੀ ਕਰੂਗਾ? ਅੱਜ ਤੱਕ ਪੰਜਾਬ ਪਛੜਿਆ ਕਿਉਂ ਰਿਹਾ? ਠੀਕ ਹੈ, ਕਾਰਨ ਕੀ ਰਿਹਾ? ਕਾਰਨ ਇਹ ਕਿਉਂਕਿ ਸਿਫਾਰਸ਼ਾਂ ਦਾ ਸਿਲਸਿਲਾ ਜ਼ਿਆਦਾ ਸੀ। ਹੁਣ ਜੇ ਜਦੋਂ ਜਿਹਦਾ ਹੱਕ ਬਣਦਾ ਹੈ ਉਹਨੂੰ ਉਹਦਾ ਹੱਕ ਮਿਲਣ ਡਹਿ ਪਿਆ। ਇੱਕ ਪਿੰਡ ਦੇ ਵਿੱਚ ਜੇ ਇੱਕ ਬੱਚੇ ਨੂੰ ਵਧੀਆ ਨੌਕਰੀ ਲੱਗ ਜਾਵੇ ਨਾ ਤਾਂ ਪਿੰਡ ਬਾਅਦ ਵਿੱਚ ਮਗਰ ਮਗਰ ਤੁਰਨ ਡਹਿ ਪੈਂਦਾ। ਬਿਲਕੁਲ, ਸੋ ਇੱਕ ਪਿੰਡ ਦੇ ਵਿੱਚ ਪ੍ਰੇਰਣਾ ਮਿਲਦੀ ਹੈ, ਇੱਕ ਪਿੰਡ ਦੇ ਵਿੱਚ ਵਧੀਆ ਖਿਡਾਰੀ ਜੇ ਕੋਈ ਖੇਡਾਂ ਦੀ ਵਧੀਆ ਇੱਕ ਨਾਮ ਰੋਸ਼ਨ ਕਰੇ ਨਾ ਆਪਣੇ ਦੇਸ਼ ਦਾ, ਤੇ ਉਹ ਏਰੀਆ ਹੀ ਜਿਹੜਾ ਵਾ ਸਾਰਾ ਉਧਰਲੇ ਪਾਸੇ ਨੂੰ ਤੁਰ ਪੈਂਦਾ। ਸੋ ਕਹਿਣ ਦਾ ਭਾਵ ਸਾਡੀ ਸੋਚ ਆ ਇੱਕ ਪ੍ਰੇਰਣਾ ਸਹਿਤ ਵੀ ਆਪਣੇ ਪੰਜਾਬ ਦੀ ਤਰੱਕੀ ਕਰਨੀ ਹੈ। ਤਰੱਕੀ ਕਿਸ ਤਰ੍ਹਾਂ ਹੋਣੀ ਹੈ? ਤਰੱਕੀ ਉਦੋਂ ਹੋਣੀ ਹੈ ਜਦੋਂ ਹੱਕ ਸੱਚ 'ਤੇ ਚੱਲਾਂਗੇ। ਸੋ ਜਿਹੜੇ ਮੈਂ ਤੁਸੀਂ ਗੱਲ ਕੀਤੀ ਸਾਡੇ ਕੋਲ ਜੇ ਕੋਈ ਰੁੱਸਦਾ ਕੋਈ ਗੱਲਬਾਤ ਆ ਉਹ ਸਵਾਰਥ ਵਾਲਾ ਕੋਈ ਹੋਊਗਾ, ਪਰਸਨਲੀ ਹੋਰ ਐਸਾ ਕੋਈ ਨਹੀਂ ਆ। ਕਿਉਂਕਿ ਲੋਕ ਖੁਸ਼ ਨੇ, 600 ਯੂਨਿਟ ਫ੍ਰੀ, ਨੌਕਰੀਆਂ ਮਿਲ ਰਹੀਆਂ ਨੇ, ਮੁਹੱਲਾ ਕਲੀਨਿਕ 11 ਕਰੋੜ ਮੈਂ ਬਟਾਲੇ ਵਾਸਤੇ ਸਕੂਲ ਵਾਸਤੇ ਲੈ ਕੇ ਆ ਗਿਆ, ਸੜਕਾਂ ਬਣ ਰਹੀਆਂ ਨੇ। ਸੋ
ਕਿਤੇ ਨਾ ਕਿਤੇ ਜਿਹੜੀਆਂ ਮੈਂ ਕਹਿ ਸਕਦਾ ਵੀ ਮੈਂ ਆਪਣੇ ਹਲਕੇ ਦੀ ਵੀ ਜੇ ਮੈਂ ਗੱਲ ਕਰਾਂ ਤੇ ਮੈਨੂੰ ਥੋੜ੍ਹਾ ਜਿਹਾ, ਕਿਉਂਕਿ ਮੇਰੀ ਐਮ ਸੀ ਜਿਹੜੀ ਉਹਦੀ ਮੇਰੀ ਮੈਜੋਰਟੀ ਨਹੀਂ ਸੀ, ਠੀਕ ਹੈ, ਮੈਨੂੰ ਸ਼ਹਿਰ ਦੇ ਇੰਟਰਨਲੀ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਆ ਰਹੀ ਸੀ। ਉਹ ਤੁਹਾਨੂੰ ਆਗਾਮੀ ਵੀ ਆਉਣਗੀਆਂ ਭਵਿੱਖ ਦੇ ਵਿੱਚ, ਇੱਕ ਮਹੀਨੇ 'ਚ ਆਉਣਗੀਆਂ ਉਹਦੀਆਂ? ਨਹੀਂ ਨਹੀਂ ਨਹੀਂ, ਪਰ ਮੇਰੇ ਲੋਕਾਂ ਨੂੰ ਇਹ ਪਤਾ, ਮੁੰਡਾ ਕੰਮ ਕਰਨ ਵਾਲਾ, ਮੁੰਡਾ ਕੰਮ ਕਰ ਰਿਹਾ, ਉਹਨੇ ਸ਼ਹਿਰ ਦੀ ਨੁਹਾਰ ਬਦਲੀ ਆ, ਕਿਤੇ ਨਾ ਕਿਤੇ ਉਹਦੇ ਅੱਗੇ ਕਮੀਆਂ ਆ ਰਹੀਆਂ ਨੇ, ਪਰ ਕੋਈ ਗੱਲ ਨਹੀਂ, ਲੋਕ ਤਿਆਰ ਬੈਠੇ ਨੇ, ਲੋਕ ਤਿਆਰ ਬੈਠੇ ਨੇ ਵੀ ਜਦੋਂ ਮੌਕਾ ਆਇਆ ਕਿ ਵੀ ਹੁਣ ਮੌਕਾ ਮਿਲਿਆ ਸਾਨੂੰ, ਠੀਕ ਹੈ ਠੀਕ ਹੈ, ਮੈਨੂੰ ਆਸ ਹੈ ਲੋਕ ਤਿਆਰ ਬੈਠੇ ਨੇ, ਕਿਉਂਕਿ ਅਸੀਂ, ਮੈਂ ਅੱਗੇ ਇੱਕੋ ਗੱਲ ਕਹਿੰਦਾ, ਮੈਂ ਕਹਿੰਦਾ ਯਾਰ ਕੰਮ ਨੂੰ ਵੋਟ ਪਾਓ, ਚੰਮ ਨੂੰ ਵੋਟ ਨਾ ਪਾਓ, ਪਾ ਕੇ ਵੇਖ ਲਈਏ। ਠੀਕ ਹੈ, ਕੰਮ ਨੂੰ ਵੋਟ ਪਾਓ, ਪਰ ਮੁਕਾਬਲਾ ਕਿਹਦੇ ਨਾਲ ਹੈ? ਕਾਂਗਰਸ ਹਜੇ ਬੇਸ਼ੱਕ ਉਮੀਦਵਾਰ ਲੱਭ ਰਹੀ ਹੈ, ਸਰਵੇ ਕਰ ਰਹੀ ਹੈ, ਪਰ ਜੇਕਰ ਮੈਂ ਇਸ ਹਲਕੇ ਦੀ ਝਾਤ ਮਾਰਾਂ MLS 'ਤੇ, ਤਾਂ ਸ਼ਾਇਦ ਪੰਜਾਬ ਦਾ ਇਕਲੌਤਾ ਹਲਕਾ ਜਿੱਥੇ ਤੁਹਾਡੇ ਸਿਰਫ 2 MLA ਨੇ, ਬਾਕੀ ਸਾਰੇ ਜ਼ਿਆਦਾਤਰ ਕਹਿੰਦਾ ਮੈਂ ਇੱਕ BJP ਦਾ ਜਾਂ ਕਾਂਗਰਸ ਦੇ ਨੇ, ਕਾਂਗਰਸ ਸਭ ਤੋਂ ਵੱਧ MLA ਇੱਥੋਂ ਆਏ ਨੇ, ਉਹਦੇ ਨਾਲ ਮੁਕਾਬਲਾ ਆ। ਦਲਜੀਤ ਚੀਮਾ ਅਕਾਲੀ ਦਲ ਦੇ ਗੁਰਦਾਸਪੁਰ ਆ ਕੇ, ਉਹ ਕਹਿੰਦੇ ਜੱਦੀ ਪਿੰਡ ਸਾਡਾ ਇੱਥੇ ਆ, ਉਹ ਇਲੈਕਸ਼ਨ ਲੜ ਰਹੇ ਨੇ ਉਹਨਾਂ ਨਾਲ, ਜਾਂ 2 ਵਾਰ ਦੇ MLA ਦਿਨੇਸ਼ ਬੱਬੂ, ਉਹਨਾਂ ਨਾਲ ਮੁਕਾਬਲਾ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਲੋਕ ਲੜਾਈ ਲੜਦੇ ਹੋਣ ਨਾ ਜੀ, ਫਿਰ ਮੁਕਾਬਲਾ ਆਪਣਾ ਨਹੀਂ ਰਹਿ ਜਾਂਦਾ, ਫਿਰ ਲੋਕਾਂ ਦਾ ਮੁਕਾਬਲਾ ਹੁੰਦਾ। ਔਰ ਮੈਨੂੰ ਜੋ ਮੇਰੀ ਸੰਗਤ ਦਾ, ਲੋਕ ਸਭਾ ਗੁਰਦਾਸਪੁਰ ਦਾ ਪਿਆਰ ਫਤਵਾ ਜੋ ਮੈਨੂੰ ਮਿਲ ਰਿਹਾ, ਉਹ ਮੈਨੂੰ ਇੱਕੋ ਗੱਲ ਕਹਿੰਦੇ, ਯਾਰ ਤੂੰ ਫਿਕਰ ਨਾ ਕਰ, ਅਸੀਂ ਬੈਠੇ, ਅਸੀਂ ਕੰਮ ਕਰ ਰਹੇ ਹਾਂ, ਬਸ ਤਗੜਾ ਹੋ ਕੇ ਸਾਡੀਆਂ ਆਸਾਂ ਤੇ ਖਰਾ ਉਤਰੇ। ਪਰ ਨਹੀਂ, ਲੀਡਰ ਵੇਖ ਲੈ, ਠੀਕ ਹੈ, ਲੀਡਰ ਵੇਖ ਲੈ, ਪਰ ਕਿਤੇ ਨਾ ਕਿਤੇ ਤਾਂ ਹੁੰਦਾ ਹੀ ਨਾ ਸ਼ਰੀ ਜੀ, ਦੇਖੋ ਸਾਹਮਣੇ ਤੁਹਾਡੇ ਉਮੀਦਵਾਰ ਕੋਈ ਹੋਰ ਖੜਾ ਆ, ਚਾਹੇ ਮੈਂ ਗੱਲ ਕਰਾਂ ਮਾਝਾ ਬ੍ਰਿਗੇਡ ਦੇ ਵਿੱਚੋਂ, ਕਾਂਗਰਸ ਦੇ ਵਿੱਚੋਂ ਕੋਈ ਨਾ ਕੋਈ ਵੱਡਾ ਲੀਡਰ ਜ਼ਰੂਰ ਉਤਾਰਨਗੇ। ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਨੇ, ਹਾਲਾਂਕਿ BJP ਨੇ ਇੱਕ ਚਰਚਾ ਇਹ ਚੱਲੀ ਕਿ ਕ੍ਰਿਕਟਰ ਦੇ ਨਾਲ ਗੱਲਬਾਤ ਜ਼ਰੂਰ ਹੋਈ ਸੀ, ਬਹੁਤ ਵੱਡੇ ਚਿਹਰੇ ਨਾਲ ਗੱਲਬਾਤ ਜ਼ਰੂਰ ਹੋਈ ਸੀ, ਹਾਲਾਂਕਿ ਉਹ ਗੱਲ ਬਣੀ ਨਹੀਂ, ਸਿਰੇ ਨਹੀਂ ਚੜੀ, ਉਹ ਬਾਹਰ ਦੀ ਗੱਲ ਹੈ, ਪਰ ਵੱਡੇ ਚਿਹਰਿਆਂ ਦੀ ਦੌੜ ਤਾਂ ਰਹੀ ਹੈ ਨਾ। ਦੇਖੋ ਉਹਦੇ ਵਿੱਚ ਮੁਕਾਬਲਾ, ਮੈਂ ਦੱਸਣਾ ਚਾਹੁੰਦਾ, ਸੰਨੀ ਦਿਓਲ ਕਿੱਥੋਂ ਹੈ? ਠੀਕ ਹੈ, ਹੁਣ ਦਲਜੀਤ ਚੀਮਾ ਕਿੱਥੋਂ ਆਇਆ? ਉਹ ਤਾਂ ਕਹਿੰਦੇ ਸਾਡਾ ਪਿੰਡ ਇੱਥੋਂ ਦਾ, ਰਹਿੰਦੇ ਹੈਗੇ ਆ ਪਿੰਡ, ਤੇ ਹੁਣ ਮੇਰਾ ਵੀ ਕੋਟਲਾ ਸਹੀ ਹੈ ਪਿੰਡ, ਠੀਕ ਹੈ, ਰਹਿ ਤੇ ਮੈਂ ਬਟਾਲੇ ਰਿਹਾ ਨਾ, ਹੁਣ ਜੱਦੀ ਪਿੰਡ ਤੇ ਸਾਡਾ ਉਹ ਹੀ ਹੈ, ਠੀਕ ਹੈ। ਸੋ ਕਹਿਣ ਦਾ ਭਾਵ ਇਹ ਹੈ, ਇਹ ਗੱਲਾਂ ਨਹੀਂ ਹੁੰਦੀਆਂ, ਹੁਣ ਘਰ ਕਿਤੇ ਬੈਠੇ ਨੇ ਪਹੁੰਚੇ ਕਿਤੇ ਆ, ਆਪਾਂ ਅੱਜ ਆ ਕੇ ਕਹੀਏ ਵੀ ਅੱਜ ਜੱਦੀ ਪਿੰਡ ਆ, ਪਹਿਲਾਂ ਕਿਉਂ ਨਹੀਂ ਜੱਦੀ ਜ਼ਿਲ੍ਹੇ ਦੀ ਲੋਕ ਸਭਾ ਦੀ ਯਾਦ ਆਈ, ਪਹਿਲਾਂ ਕਿਉਂ ਨਹੀਂ ਯਾਦ ਆਈ, ਕਿੰਨੇ ਕੁ ਇੱਥੇ ਲੋਕਾਂ ਦੇ ਦੁੱਖ ਸੁੱਖ 'ਚ ਸਾਂਝੇ ਹੋਏ ਆ, ਕਿੰਨਿਆਂ ਕੁ ਨੂੰ ਮਿਲੇ ਆ ਆ ਕੇ, ਕਿੰਨਿਆਂ ਦੇ ਵਿਆਹ ਇੱਥੇ ਅਟੈਂਡ ਕੀਤੇ ਨੇ, ਇੱਥੇ ਕਰੋਨਾ ਰਿਹਾ, ਬੜੀਆਂ ਮੌਤਾਂ ਹੋਈਆਂ ਨੇ, ਉਦੋਂ ਕਿੱਥੇ ਸੀ? ਉਦੋਂ ਜੱਦੀ ਪਿੰਡ ਦੀ ਯਾਦ ਨਹੀਂ ਆਈ, ਉਦੋਂ ਜੱਦੀ ਏਰੀਏ ਦੀ ਯਾਦ ਨਹੀਂ ਆਈ, ਆਹ ਦਰਿਆ ਦੇ ਵਿੱਚ ਜਿਸ ਤਰ੍ਹਾਂ ਹੁਣ ਹੜ੍ਹ ਆਏ, ਉਦੋਂ ਨਹੀਂ ਯਾਦ ਆਈ। ਸੋ ਕਹਿਣ ਦਾ ਭਾਵ, ਯਾਦ ਕਦੋਂ ਆਈ ਹੈ? ਜੱਦੀ ਦੀ, ਜਦੋਂ ਵੋਟਾਂ ਆ ਗਈਆਂ ਨੇ, ਹੁਣ ਮੇਰਾ ਜੱਦੀ ਪਿੰਡ ਲੋਕ ਭਰੀ ਭੰਤ ਜਾਣਦੇ, ਮੈਂ ਕਿਉਂ ਦੱਸਾਂ? ਠੀਕ ਹੈ, ਲੋਕ ਜਾਣਦੇ ਨੇ, ਠੀਕ ਹੈ, ਲੋਕਾਂ ਨੂੰ ਪਤਾ ਹੈ, ਅੱਜ ਲੋਕ ਉਹ ਪਹਿਲੀਆਂ ਗੱਲਾਂ ਖਤਮ ਨੇ, ਪਹਿਲੀਆਂ ਗੱਲਾਂ ਨਹੀਂ ਹੈ, ਅੱਜ ਦੇ ਸਮੇਂ ਅੱਗੇ ਹੀ 2 ਪਾਰਟੀਆਂ, ਅਕਾਲੀ ਦਲ BJP ਅਤੇ ਕਾਂਗਰਸ ਜਿਹੜੀ ਸੀ ਨਾ, ਇਹ ਪਹਿਲਾਂ 2 ਅਕਾਲੀ ਦਲ BJP ਦਾ ਗੱਠਜੋੜ ਸੀ ਅਤੇ ਕਾਂਗਰਸ ਸੀ, ਲੋਕ ਕਾਂਗਰਸ ਨੂੰ ਹਰਾਉਂਦੇ ਸੀ ਅਤੇ ਇੱਧਰ ਦੂਜਿਆਂ ਨੂੰ ਅਕਾਲੀ BJP ਨੂੰ ਵੋਟ ਪਾ ਦਿੰਦੇ, ਇਹਨਾਂ ਨੂੰ ਹਰਾਉਂਦੇ ਸੀ ਅਤੇ ਕਾਂਗਰਸ ਨੂੰ ਪਾ ਦਿੰਦੇ, ਕੈਨੇਡਾ ਹੋਰ ਕੋਈ ਨਹੀਂ ਸੀ, ਅੱਕੇ ਸੀ, ਹਰਾਉਣਾ ਕਦੋਂ ਸੀ? ਜਦੋਂ ਅੱਕੇ ਸੀ, ਅਲਟੀਨੇਟ ਕੋਈ ਨਹੀਂ ਸੀ ਹੈਗਾ ਇਹਨਾਂ ਦਾ। ਹੁਣ ਤੀਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਹੁਣ ਕੰਮ ਦੀ ਗੱਲ ਚੱਲੂਗੀ, ਜਿਹੜਾ ਬੰਦਾ ਕੰਮ ਕਰੂਗਾ ਲੋਕ ਨੂੰ ਕੰਮ ਦੀ ਗੱਲ ਚੱਲੂਗੀ, ਪਰ ਕੰਮ ਕੀ ਹੋਣਗੇ ਸ਼ਰੀ ਜੀ? ਗੱਲ ਤਾਂ ਇਹ ਆ, ਤੁਹਾਡਾ ਇਹ ਜਿਹੜਾ
ਹਲਕਾ ਮੈਂ ਕਹੂੰਗਾ ਉਹ ਨਸ਼ੇ ਦੀ ਚਪੇਟ 'ਚ ਵੀ ਹੈ, ਕਿਉਂਕਿ ਬਾਰਡਰ ਤੋਂ ਪਾਰ ਤੋਂ ਨਸ਼ਾ ਆਉਂਦਾ ਹੈ ਸਭ ਨੂੰ ਪਤਾ, ਪਾਣੀ ਦੀ ਚਪੇਟ 'ਚ ਵੀ ਹੈ, ਹਾਲਾਂਕਿ ਪਹਾੜ ਵਾਲੇ ਪਾਸਿਓਂ ਵੀ ਕਈ ਤਰ੍ਹਾਂ ਦੀ ਸਮਗਲਿੰਗ ਹੁੰਦੀ ਹੈ ਇੱਥੇ, ਇਹ ਇਹ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗਾ। ਅਤੇ ਟਿੰਬਰ ਦਾ ਮਸਲਾ ਬਹੁਤ ਰਹਿੰਦਾ ਇੱਥੇ, ਇਹ ਬਹੁਤ ਸਾਰੇ ਮੁੱਦੇ ਨੇ ਜਿਹੜੇ ਚੱਕਣ ਦੀ ਲੋੜ ਜਾਂ ਜਿਹਨਾਂ ਨੂੰ ਹੱਲ ਕਰਾਉਣ ਦੀ ਲੋੜ ਹੈ। ਤੁਹਾਡਾ ਕੀ ਵਿਜ਼ਨ ਹੈ ਇੱਥੇ? ਮੈਂ ਦੱਸਣਾ ਚਾਹੁੰਦਾ ਜੀ ਤੁਹਾਨੂੰ, ਤੁਸੀਂ ਭਰੀ ਭਾਂਤ ਜਾਣਦੇ ਹੋ, ਮੈਂ ਤਾਂ ਇਹ ਕਹਿੰਦਾ ਵਾਂ ਵੀ ਸਾਡੇ ਤਾਂ ਲੋਕ ਸਭਾ ਗੁਰਦਾਸਪੁਰ ਦਾ ਕਿਸੇ ਨੇ ਕੋਈ ਮੁੱਦਾ ਚੁੱਕਿਆ ਹੀ ਨਹੀਂ, ਇਹ ਮੁੱਦਿਆਂ 'ਚ ਹੀ ਹੈ ਹਲੇ। ਠੀਕ ਹੈ, ਸਾਰਾ ਹੀ ਲੋਕ ਸਭਾ ਮੁੱਦਿਆਂ 'ਚ। ਠੀਕ ਹੈ, ਹਰ ਪਾਸਿਓਂ ਲੈ ਲਓ, ਚਾਹੇ ਇੰਡਸਟਰੀ ਵੱਲੋਂ ਲੈ ਲਓ, ਚਾਹੇ ਬਾਰਡਰ ਏਰੀਏ ਵੱਲੋਂ ਲੈ ਲਓ, ਚਾਹੇ ਨਸ਼ੇ ਵੱਲੋਂ ਲੈ ਲਓ, ਇਹ ਮੁੱਦਿਆਂ 'ਚ ਹੀ ਰਿਹਾ ਵਾ। ਉਹਦਾ ਕਾਰਨ ਕੀ ਹੈ? ਕਿਉਂਕਿ ਜਿਹੜਾ ਕੰਮ ਸੈਂਟਰ ਕਰ ਸਕਦੀ ਸੀ, ਹੁਣ ਸਾਡੇ ਟੈਕਸ ਦਾ ਪੈਸਾ ਸੈਂਟਰ ਡੱਕੀ ਬੈਠੀ। ਠੀਕ ਹੈ, ਅਸੀਂ ਕੋਈ ਖੈਰ ਥੋੜ੍ਹਾ ਮੰਗ 8,000 ਕਰੋੜ ਰੁਪਇਆ ਹੈ, ਅਸੀਂ ਕੋਈ ਖੈਰ ਥੋੜ੍ਹਾ ਮੰਗ ਰਹੇ ਸੀ, ਜੇ ਉਹ ਪੈਸਾ ਸਾਡੇ ਕੋਲ ਇੱਥੇ ਹੁੰਦਾ ਆਪਾਂ ਇਹਦੀ ਹੋਰ ਡਿਵੈਲਪਮੈਂਟ ਕਰਦੇ। ਸੋ ਕਈ ਔਕੜਾਂ ਨੇ, ਕਈ ਔਕੜਾਂ ਜਿਹੜੀਆਂ ਸੈਂਟਰ ਵੱਲੋਂ ਸਾਨੂੰ ਜਿਹੜਾ ਇੱਕ ਮਤਰੇਈ ਮਾਂ ਵਾਲਾ ਸਾਡੇ ਨਾਲ ਸਲੂਕ ਕੀਤਾ ਗਿਆ। ਸੋ ਕੋਸ਼ਿਸ਼ ਇਹ ਹੈ ਜਿਉਂ ਜਿਉਂ ਮੈਂ ਇੱਕੋ ਗੱਲ ਕਹਿੰਦਾ, ਮੈਂ ਕਹਿੰਦਾ ਅੱਗੇ ਸਾਰੀਆਂ ਸਰਕਾਰਾਂ ਦੇ ਆਪਾਂ ਬਣਾ ਕੇ ਭੇਜਦੇ, MP ਭੇਜੀ ਹੈ ਵਾਰੀ ਵਾਰੀ, ਇੱਕ ਵਾਰੀ ਸਾਰੇ ਪੰਜਾਬ ਦੇ ਵਿੱਚ ਇੱਕ ਵਾਰੀ ਹਲੂਣਾ ਦੇ ਦਿਓ, ਇੱਕ ਮੌਕਾ ਦੇ ਦਿਓ ਯਾਰ, 5 ਸਾਲ ਆ, ਇੱਕ ਮੌਕਾ ਦੇ ਦੇਣ ਆਮ ਆਦਮੀ ਪਾਰਟੀ ਨੂੰ, ਜਿਹੜਾ ਚੰਗੇ ਕੰਮ ਕਰੂਗਾ ਭਾਪੇ। ਰੋਡ ਮੈਪ ਕੀ ਹੈ? ਲੋਕਾਂ ਜਾਓਗੇ ਕੀ, ਲੋਕਾਂ ਨੂੰ ਦੱਸ ਰਹੇ ਹੋ ਕਿ ਇੰਡਸਟਰੀ ਬਾਰੇ, ਟੂਰਿਜ਼ਮ ਬਾਰੇ, ਠੀਕ ਹੈ ਇੱਕ ਜਗ੍ਹਾ ਮਿੰਨੀ ਗੋਆ ਬਣ ਗਈ, ਇਸ ਤੋਂ ਅੱਗੇ ਜਾਂ ਬਹੁਤ ਸਾਰੀਆਂ ਧਾਰਮਿਕ ਸਥਾਨ ਤੁਹਾਡੇ ਹਲਕੇ 'ਚ ਪੈਂਦੇ ਨੇ, ਬਹੁਤ ਕੁਛ ਹੈ। ਸਭ ਤੋਂ ਵੱਧ ਇੱਥੇ ਇਤਿਹਾਸਿਕ ਸਥਾਨ, ਬਿਲਕੁਲ, ਇੱਥੇ ਸਾਡੇ ਟੂਰਿਜ਼ਮ ਦੀ ਕਮੀ, ਫਿਰ ਸਾਨੂੰ ਕੋਈ ਹੋਸਪਿਟਲ ਵੱਲੋਂ ਜਿਹੜਾ ਚਾਹੀਦਾ ਸੀ, ਜਿਸ ਤਰ੍ਹਾਂ ਕੋਈ ਏਮਜ਼ ਵਗੈਰਾ, ਉਹਦਾ ਸਾਨੂੰ ਕੋਈ ਇੱਥੇ ਮਿਲ ਜਾਂਦਾ ਤਾਂ ਸਾਡੇ, ਕਿਉਂਕਿ ਇੱਥੋਂ ਸਾਨੂੰ ਚੰਡੀਗੜ੍ਹ ਨੂੰ, ਇੱਥੋਂ ਸਾਰਿਆਂ ਨੂੰ ਭੱਜਣਾ ਪੈਂਦਾ, ਉਹ ਵੀ ਕੋਈ ਫੈਸਿਲਿਟੀ ਨਹੀਂ। ਸਾਡੀ ਕੋਈ ਇੰਡਸਟਰੀ ਵੱਡੀ ਜਿੱਥੇ ਸਾਨੂੰ ਰੁਜ਼ਗਾਰ ਮਿਲਦਾ, ਸਾਡੇ ਲੋਕਾਂ ਦੇ ਕਾਰੋਬਾਰ ਚੱਲਦੇ, ਉਹ ਵੀ ਸਾਨੂੰ ਕੋਈ ਨਹੀਂ ਮਿਲਦੀ। ਸੋ ਜੇ ਮੈਂ ਗੱਲ ਕਰਾਂ ਹੋਰ ਬਾਕੀ ਮੁੱਦੇ ਆ, ਸਾਡੇ ਪਠਾਨਕੋਟ ਵਿਖੇ ਟ੍ਰੈਫਿਕ ਦੀ ਸਮੱਸਿਆ, ਫਾਟਕ ਆ, ਲਾਈਨਾਂ ਨੇ, ਜਦੋਂ ਫਾਟਕ ਬੰਦ ਹੋ ਜਾਂਦਾ ਕਨੈਕਟੀਵਿਟੀ ਟੁੱਟ ਜਾਂਦੀ, ਇਹਦੀ ਆਵਾਜ਼ ਹੀ ਨਹੀਂ ਕਿਸੇ ਨੇ ਰੱਖੀ। ਠੀਕ ਹੈ, ਸੋ ਹਰ ਤਰ੍ਹਾਂ ਬਾਰਡਰ ਦੇ ਏਰੀਏ ਦਾ ਮੁੱਦਾ ਆਪਣਾ ਹੈ। ਸਾਡੇ ਕਾਦੀਆਂ 'ਚ ਇੱਕ ਉੱਨ ਮਿਲ ਸੀ, ਘੱਟੋ ਘੱਟ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਕੰਮ ਕਰਦੇ ਸੀ, ਰੁਜ਼ਗਾਰ ਮਿਲਦਾ ਸੀ ਲੋਕਾਂ ਨੂੰ, ਉਹ ਵੀ ਬੰਦ ਪਈ, ਕਿਸੇ ਨੇ ਆਵਾਜ਼ ਹੀ ਨਹੀਂ ਚੁੱਕੀ। ਬਟਾਲੇ ਦੀ ਇੰਡਸਟਰੀ ਸੀ, ਇਹਦੇ ਵਿੱਚ ਵੀ ਜੋ ਸੈਂਟਰ ਵੱਲੋਂ ਸਾਨੂੰ ਜੋ ਸਹੂਲਤਾਂ ਚਾਹੀਦੀਆਂ ਸੀ, ਹਮੇਸ਼ਾ ਅਸੀਂ ਉੱਥੋਂ ਵਾਂਝੇ ਰਹਿ ਜਾਂਦੇ ਸਾਂ। ਸੋ ਕਹਿਣ ਦਾ ਭਾਵ, ਕਿਉਂਕਿ ਉੱਥੇ ਸਾਡੀ ਆਵਾਜ਼ ਚੁੱਕਣ ਵਾਲਾ ਕੋਈ ਨਹੀਂ, ਸਾਡੇ ਇੱਥੇ ਸਾਡਾ ਦਰਦ ਜਦੋਂ ਤੱਕ ਉੱਤੇ ਆਪਾਂ ਦੱਸਾਂਗੇ ਨਾ ਜੀ, ਉਦੋਂ ਤੱਕ ਉਹਦਾ ਹੱਲ ਕਿਸ ਤਰ੍ਹਾਂ ਹੋਊ। ਸੋ ਕਹਿਣ ਦਾ ਭਾਵ, ਸ਼ੁਰੂ ਤੋਂ ਗੁਰਦਾਸਪੁਰ ਸਾਡਾ ਜਿਹੜਾ ਮੁੱਦਿਆਂ 'ਚ ਹੀ ਰਿਹਾ, ਉਹਦਾ ਇੱਕ ਵੀ ਸੋਲਿਊਸ਼ਨ ਨਹੀਂ ਹੋਇਆ। ਚਲੋ, ਮੇਰਾ ਆਖਰੀ ਸਵਾਲ ਹੈ ਸ਼ਰੀ, 4 ਜੂਨ ਨੂੰ ਜਦੋਂ ਅਸੀਂ, ਮੈਂ ਕਹਾਂ ਵੀ ਜਦੋਂ ਖਬਰ ਮੈਂ ਪੜ੍ਹਾਂਗਾ ਤਾਂ ਮੈਂ ਕੀ ਪੜ੍ਹਾਂਗਾ, ਮੈਨੂੰ ਇਹ ਦੱਸ ਦਿਓ ਗੁਰਦਾਸਪੁਰ ਦਾ ਨਤੀਜਾ ਕੀ ਹੋਊਗਾ। ਮੈਂ ਨਮਾਣਾ, ਮੇਰੀ ਔਕਾਤ ਨਹੀਂ, ਮੈਨੂੰ ਜੇ ਇੱਥੋਂ ਤੱਕ ਪਹੁੰਚਾਇਆ ਤਾਂ ਮੇਰੇ ਲੋਕਾਂ ਨੇ, ਜੇ ਚਾਹੁੰਦੇ ਨੇ ਵੀ ਸਾਡੇ ਲੋਕ ਸਭਾ ਗੁਰਦਾਸਪੁਰ ਦੀ ਤਰੱਕੀ ਹੋਵੇ ਤਾਂ ਮੈਂ ਇਹੋ ਕਹੂੰਗਾ ਵੀ ਇੱਕ ਮੌਕਾ ਮੈਨੂੰ ਦੇ ਦੇਣ, ਜੇ ਮੈਂ ਚੰਗੇ ਕੰਮ ਕਰੂੰਗਾ ਤਾਂ ਅਗਲੀ ਵਾਰੀ ਫਿਰ ਵੋਟਾਂ ਮੰਗਣਾ ਜੋ ਮੈਂ ਮੰਗਦਾ ਨਹੀਂ, ਔਰ ਬਸ ਨਤੀਜਾ ਜਿਹੜਾ ਉਹ ਮੇਰੀ ਸੰਗਤ ਨੇ ਡਿਸਾਈਡ ਕਰਨਾ, ਮੇਰੇ ਲੋਕਾਂ ਨੇ ਡਿਸਾਈਡ ਕਰਨਾ, ਇਹ ਲੜਾਈ ਮੇਰੀ ਨਹੀਂ। ਮੈਂ ਤਾਂ ਇੱਕ ਇਹਨਾਂ ਦਾ ਪਹਿਰੇਦਾਰ ਹਾਂ, ਚੌਂਕੀਦਾਰ ਹਾਂ, ਮੈਨੂੰ ਇਹਨਾਂ ਨੇ ਬਸ ਸਮਝ ਲਓ ਵੀ ਇੱਕ ਮੈਂ ਚੌਂਕੀਦਾਰਾਂ ਨਿਭਾਉਣਾ ਚਾਹੁੰਦਾ ਆਪਣਾ। ਜੇ ਉਹ ਚਾਹੁੰਦੇ ਨੇ ਵੀ ਅੱਗੇ ਲੀਡਰਾਂ ਨੂੰ ਵੀ ਵੋਟਾਂ ਪਾ ਲਈਆਂ, ਹੀਰੋ ਨੂੰ ਵੀ ਵੋਟਾਂ ਪਾ ਲਈਆਂ, ਮੈਂ ਕਹਿੰਦਾ ਆਪਣੇ ਇਸ ਨਿਮਾਣੇ ਨੂੰ ਇੱਕ ਵਾਰੀ ਮੌਕਾ ਦੇ ਕੇ ਵੇਖੋ, ਔਰ ਮੈਂ ਅਗਲੀਆਂ ਪਿਛਲੀਆਂ ਕਸਰਾਂ ਸਾਰੀਆਂ ਕਰ ਦੂੰਗਾ ਜੀ ਇਹਨਾਂ। ਬਹੁਤ ਬਹੁਤ ਧੰਨਵਾਦ। ਥੈਂਕ ਯੂ, ਥੈਂਕ ਯੂ।
ਸੋ ਸ਼ਹਿਰੀ ਕੱਲ ਸੀ ਕਹਿੰਦੇ ਇੱਕ ਮੌਕਾ ਦੇ ਦਿਓ, ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਕੱਢ ਦਾਂਗੇ। ਹੁਣ ਦੇਖਣਾ ਇਹ ਹੈ ਜਦੋਂ 4 ਜੂਨ ਨੂੰ ਗੁਰਦਾਸਪੁਰ ਹਲਕੇ ਬਾਰੇ ਅਸੀਂ ਐਲਾਨ ਕਰਾਂਗੇ ਕਿ ਕਿੰਨੀਆਂ ਵੋਟਾਂ ਦੇ ਉਮੀਦਵਾਰ ਜਿੱਤੇ ਆ ਅਤੇ ਉਮੀਦਵਾਰ ਕੌਣ ਹੋਊਗਾ, ਤਾਂ ਹੁਣ 4 ਜੂਨ ਨੂੰ ਹੀ ਸਪਸ਼ਟ ਹੋਵੇਗਾ। ਮੈਂ ਸਰਕਾਰ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ, ਰੋਜ਼ਾਨਾ ਸਪੋਕਸਮੈਨ ਬਟਾਲਾ।